ਇੱਕ ਪਿਓ ਦੇ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦੋਵਾਂ ਦੀਆਂ ਲਾਸ਼ਾਂ ਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ। ਦੱਸਦੇ ਕਿ ਧੀ ਦੇ ਪ੍ਰੇਮ ਸੰਬੰਧਾਂ ਤੋਂ ਬੇਹੱਦ ਖਫਾ ਸੀ ਔਰ ਖੇਤ ਵਿੱਚ ਬੁਲਾ ਕੇ ਦੋਹਾਂ ਦਾ ਕਤਲ ਕੀਤਾ ਗਿਆ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਹੈ। ਮਾਨਸਾ ਦੇ ਬੋਹਾ ਦੇ ਵਿੱਚ ਇਹ ਵਾਰਦਾਤ ਹੋਈ। ਦੂਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ। ਬੋਹਾ ਪੁਲਿਸ ਦੇ ਮੁਤਾਬਿਕ ਪਿਓ ਨੇ ਆਪਣੀ 19 ਸਾਲ ਦੀ ਧੀ ਅਤੇ ਉਸਦੇ 45 ਸਾਲ ਦੇ ਪ੍ਰੇਮੀ ਦਾ ਕਤਲ ਕੀਤਾ ਗਿਆ ਔਰ ਦੋਵੇਂ ਕਿਤੇ ਬਾਹਰ ਰਹਿ ਰਹੇ ਸੀ। 45 ਸਾਲਾ ਗੁਰਪ੍ਰੀਤ ਸਿੰਘ ਦੇ ਉਸਦੀ ਗੁਆਂਢ ਦੇ ਵਿੱਚ ਰਹਿਣ ਵਾਲੀ 19 ਸਾਲ ਦੀ ਕੁੜੀ ਦੇ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਅਣਖ ਦੇ ਲਈ ਇਸ ਪਿਓ ਦੇ ਵੱਲੋਂ ਆਪਣੀ ਧੀ ਅਤੇ ਉਸਦੇ 45 ਸਾਲ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਔਰ ਇਹਨਾਂ ਸੰਬੰਧਾਂ ਦੇ ਚੱਲਦੇ ਦੋਹੇ ਪਰਿਵਾਰਾਂ ਦੇ ਵਿੱਚ ਤਕਰਾਰ ਰਹਿੰਦੀ ਸੀ। ਕੁਝ ਸਮਾਂ ਪਹਿਲਾਂ 45 ਸਾਲ ਦਾ ਪ੍ਰੇਮੀ ਆਪਣੀ ਪ੍ਰੇਮਿਕਾ, ਜਿਸ ਦੀ ਉਮਰ 19 ਸਾਲ ਦੀ ਹੈ, ਉਸ ਨੂੰ ਨਾਲ ਲੈ ਕੇ ਕਿਤੇ ਦੂਰ ਰਹਿਣ ਲੱਗ ਪਿਆ ਔਰ ਇਸ ਗੱਲ ਤੋਂ ਕੁੜੀ ਦਾ ਪਿਤਾ ਖਫਾ ਸੀ, ਨਾਰਾਜ਼ ਸੀ ਔਰ ਇਹਨਾਂ ਨੂੰ ਬਹਾਨੇ ਦੇ ਨਾਲ ਖੇਤ ਵਿੱਚ ਬੁਲਾ ਲਿਆ ਔਰ ਆਪਣੇ 4 ਸਾਥੀਆਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋਵਾਂ ਦੀਆਂ ਲਾਸ਼ਾਂ ਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ। ਫਿਲਹਾਲ ਪੁਲਿਸ ਨੂੰ ਲੜਕੀ ਦੀ ਲਾਸ਼ ਤਾਂ ਬਰਾਮਦ ਹੋ ਗਈ ਪਰ 45 ਸਾਲ ਦੇ ਪ੍ਰੇਮੀ ਦੀ ਲਾਸ਼ ਹਾਲੇ ਤੱਕ ਨਹੀਂ ਲੱਭੀ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਹਰ ਪੱਖੋਂ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ 4 ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ। ਅਣਖ ਦੇ ਲਈ ਇੱਕ ਪਿਓ ਦੇ ਵੱਲੋਂ ਆਪਣੀ ਧੀ ਤੇ ਉਸਦੇ ਪ੍ਰੇਮੀ ਦਾ ਕਤਲ ਕੀਤਾ ਗਿਆ। ਜਿਹੜਾ ਡਬਲ ਮਰਡਰ ਦਾ ਮਾਮਲਾ ਸਾਹਮਣੇ ਹੈ ਜੀ, ਇਹਦੇ 'ਚ ਅਸੀਂ ਮੁਕੱਦਮਾ ਦਰਜ ਕੀਤਾ। ਜਗਸੀਰ ਸਿੰਘ ਸਨ, ਸੁਖਦੇਵ ਸਿੰਘ, ਵਾਰਡ ਨੰਬਰ 13 ਬੋਹਾ ਦੇ ਪਿਆਂ ਉੱਪਰ ਮੁਕੱਦਮਾ ਦਰਜ ਕੀਤਾ, ਜਿਹਦੇ ਵਿੱਚ 4 ਬਾਈ ਨੇਮ ਨੇ ਅਤੇ ਇੱਕ ਨਾਮ ਲੋਮ ਵਿਅਕਤੀ ਹੈ। ਰੇਡ ਕਰ ਰਹੇ ਹਾਂ, ਹਜੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਸੀ। ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ, ਗ੍ਰਿਫਤਾਰੀ ਨਹੀਂ। ਮਰਡਰ ਦਾ ਮੁੱਖ ਕਾਰਨ ਕੀ ਦੱਸਿਆ ਜਾ ਰਿਹਾ? ਮਰਡਰ ਦਾ ਮੁੱਖ ਕਾਰਨ ਇਹ ਸੀਗਾ, ਜਿਹੜਾ ਗੁਰਪ੍ਰੀਤ ਸਿੰਘ ਸੀਗਾ ਸਰ, ਅਤੇ ਗੁਰਪ੍ਰੀਤ ਕੌਰ ਦੀ, ਗੁਰਪ੍ਰੀਤ ਸਿੰਘ ਦੀ ਉਮਰ 45 ਸਾਲ ਸੀ ਅਤੇ ਉਹਦੀ 19 ਸਾਲ ਸੀ ਲੜਕੀ ਦੀ, ਅਤੇ ਗੁਰਪ੍ਰੀਤ ਸਿੰਘ ਦੀ ਮੈਰਿਜ ਹੋਈ ਹੋਈ ਸੀਗੀ ਅਤੇ ਇਹਦੇ ਲਿਵ ਇਨ ਰਿਲੇਸ਼ਨਸ਼ਿਪ 'ਚ ਇਹ ਤਲਵੰਡੀ ਰਹਿ ਰਹੇ ਸੀਗੇ ਅਤੇ ਉਹ ਆਪਣੀ ਜ਼ਮੀਨ ਵਗੈਰਾ 'ਚ ਵੀ ਹਿੱਸਾ ਮੰਗਦਾ ਸੀ, ਤਾਂ ਕਰਕੇ ਉਹਦੇ ਤੰਗ ਆ ਕੇ ਵੀ ਉਹਦੇ ਘਰਦਿਆਂ ਨੇ ਗੁਰਪ੍ਰੀਤ ਸਿੰਘ ਦੇ ਖਿਲਾਫ਼ ਪਹਿਲਾਂ ਵੀ ਕੋਈ ਪਰਚਾ ਦਰਜ ਆਈ? ਹਾਂਜੀ ਹਾਂਜੀ। ਕੀ ਪਰਚਾ ਸਰ ਪਹਿਲਾਂ? 304 304 ਠੀਕ। ਸਾਡੇ ਕੋਲ 17 ਤਰੀਕ ਨੂੰ ਇੱਕ ਅਨਨੋਨ ਡੈਡ ਬੋਡੀ, ਜਿਹੜੀ ਫੀਮੇਲ ਲੇਡੀ ਦੀ ਡੈਡ ਬੋਡੀ ਆਈ ਸੀਗੀ, ਲਗਭਗ 20 ਸਾਲ ਉਮਰ ਹੋਏਗੀ। ਬਾਅਦ 'ਚ ਜਿਹੜੀ ਸ਼ਨਾਖਤ ਕਰ ਲਈ ਗਈ ਸੀ, ਜਿਵੇਂ ਕਿ ਸਾਨੂੰ ਪੁਲਿਸ ਦੇ ਪੇਪਰ ਰਿਸੀਵ ਹੋਏ ਅਤੇ ਉਹਨਾਂ ਦੇ ਵਿੱਚ ਫੋਰੈਂਸਿਕ ਐਕਸਪਰਟ ਦੀ ਲੋੜ ਬਣਦੀ ਹੈ, ਤਾਂ ਅਸੀਂ ਵੀ ਡੈਡ ਬੋਡੀ ਨੂੰ ਅੱਜ ਸਵੇਰੇ ਅੱਗੇ ਵੱਡੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰੈਫਰ ਕਰ ਦਿੱਤੇ ਹੈ।